ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਆਪਾਂ ਪਹੁੰਚੇ ਹਾਂ ਫਲੋਰ ਏਰੀਏ ਦੇ ਵਿੱਚ, ਅਤੇ ਪਾਵਰ ਟਰੈਕ ਦੀ ਜਿਹੜੀ ਏਜੰਸੀ ਆ ਅਤੇ ਉਹਦੇ ਵਿੱਚ ਜਿਹੜਾ ਡੀ ਜੀ ਟਰੈਕ ਟਰੈਕਟਰ ਆਉਂਦਾ ਹੈ, ਅਤੇ ਉਹਨਾਂ ਦੀ ਅੱਜ ਡਿਲੀਵਰੀ ਦੇਣੀ ਆ ਭਰਾ। ਉਹਨਾਂ ਨੇ 7 ਟਰੈਕਟਰ ਨੇ, ਇੱਕ ਨੂੰ ਲੋਡਰ ਲੱਗ ਕੇ ਆ ਅਤੇ 6 ਟਰੈਕਟਰ ਸਿੰਪਲ ਨੇ। ਡੀ ਜੀ ਟਰੈਕ ਆਈ ਪੀ ਪੀ 46 ਆਈ, ਅਤੇ ਪੂਰੀ ਵੀਡੀਓ ਜ਼ਰੂਰ ਦੇਖਿਓ। ਅਤੇ ਆਪਾਂ ਇਹਦੇ ਵਿੱਚ ਸਾਰੀ ਤੁਹਾਨੂੰ ਡਿਲੀਵਰੀ ਦਿਖਾਵਾਂਗੇ, ਅਤੇ ਬਾਈਆਂ ਨੂੰ ਵੀ ਪੁੱਛਾਂਗੇ ਵੀ ਉਹਨਾਂ ਟਰੈਕਟਰ ਕਿੱਦਾਂ ਲੱਗਿਆ। ਅਤੇ ਜਿਹੜੇ ਭਰਾ ਨਵੇਂ ਪਲੀਜ਼ ਚੈਨਲ ਕਰੋ ਸਬਸਕ੍ਰਾਈਬ ਅਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ। ਜਿਹਨੇ ਟਰੈਕਟਰ ਚਲਾਇਆ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ। ਅਤੇ ਲਓ ਜੀ ਟਰੈਕਟਰ ਹੋ ਗਏ ਰੈਡੀ, 3 ਟਰੈਕਟਰ ਇਹ ਖੜ੍ਹੇ ਨੇ, ਠੀਕ ਆ ਜੀ। ਇਹ 'ਤੇ ਸਿੰਪਲ ਛਤਰੀਆਂ ਨੇ ਜੋ ਕੰਪਨੀ ਲਾ ਕੇ ਦਿੰਦੀ ਆ, ਅਤੇ 3 ਟਰੈਕਟਰ ਇਹ ਖੜ੍ਹੇ ਨੇ। ਇਹ ਟਰੈਕਟਰ ਜਿਹੜੀਆਂ ਇਹਨਾਂ 'ਤੇ ਫਾਈਬਰ ਹੁੱਡ ਲੱਗੀ ਹੋਈ ਆ, ਇਹ ਕਸਟਮਰ ਨੇ ਆਪ ਲਵਾਈ ਆ, ਉਹਨਾਂ ਦੀ ਪਸੰਦ ਦੀ ਆ। ਇਹ ਕੰਪਨੀ ਨਾਲ ਨਹੀਂ ਦਿੰਦੀ, ਇਹ ਕੰਪਨੀ ਨਾਲ ਦੇ ਰਹੀ ਆ। ਅਤੇ ਇਹਦੇ ਵਿੱਚ ਕੀ ਕੰਪਨੀ ਦੇ ਰਹੀ ਆ ਆਪਾਂ ਤੁਹਾਨੂੰ ਸਾਰੀ ਡਿਟੇਲ ਦਿੰਦੇ ਹਾਂ, ਠੀਕ ਆ ਜੀ। ਟਰੈਕਟਰ ਦੇ ਵਿੱਚ ਇਹ 50 HP ਦਾ ਟਰੈਕਟਰ ਆ ਜੀ, ਅਤੇ ਕਿਹੜੀਆਂ ਖੂਬੀਆਂ ਨੇ। ਇਹ ਇੱਕ ਡੀ ਜੀ ਟਰੈਕ ਇੱਦਾਂ ਦਾ ਟਰੈਕਟਰ ਆ ਜਿਹੜਾ ਪਹਿਲਾਂ ਔਨਲਾਈਨ ਮਿਲਦਾ ਸੀ ਕੰਪਨੀ ਤੋਂ, ਸਿੱਧਾ ਕੋਈ ਡੀਲਰ ਨਹੀਂ, ਸਿੱਧਾ ਡਾਇਰੈਕਟ ਮਤਲਬ ਕਿਸਾਨ ਕੋਲ, ਫਾਰਮਰ ਕੋਲ, ਠੀਕ ਆ ਜੀ। ਅਤੇ ਹੁਣ ਇਹਨੂੰ ਦੇਖ ਕੇ ਜੋ ਮਤਲਬ ਟਾਈਮ ਚੱਲ ਰਿਹਾ ਉਹਨੂੰ ਦੇਖ ਕੇ ਕੰਪਨੀ ਨੇ ਇਹ ਟਰੈਕਟਰ ਅਵੇਲੇਬਲ ਕਰਤਾ ਡੀਲਰਾਂ ਕੋਲ ਹੀ। ਤੁਸੀਂ ਕਿਸੇ ਵੀ ਡੀਲਰ ਕੋਲ ਜਾ ਕੇ ਟਰੈਕਟਰ ਲੈ ਸਕਦੇ ਹੋ ਜਦੋਂ ਮਰਜ਼ੀ। ਅਤੇ ਕਿਉਂਕਿ ਕੰਪਨੀ ਤੋਂ ਸਿੱਧਾ ਆਉਂਦਾ ਸੀ, ਟਾਈਮ ਲੱਗਦਾ ਸੀ ਜਾਂ ਕੁਝ, ਉਹ ਵੀ ਲਾ ਲਓ, ਹੁਣ ਤੁਸੀਂ ਡੀਲਰ ਤੋਂ ਆਸਾਨੀ ਨਾਲ ਇਹ ਟਰੈਕਟਰ ਲੈ ਸਕਦੇ ਹੋ। ਜਿੰਨੇ ਅੱਜ 6 ਤੋਂ 7 ਟਰੈਕਟਰਾਂ ਦੀ ਡਿਲੀਵਰੀ ਕਿਸਾਨ ਦੇ ਰਹੇ ਨੇ, ਠੀਕ ਆ ਜੀ। ਆਪਾਂ ਖੜ੍ਹੇ ਆ ਗਿਆਨ ਸਿੰਘ ਇੰਟਰਪ੍ਰਾਈਜ਼ ਫਲੋਰ ਜਲੰਧਰ, ਠੀਕ ਆ ਜੀ। ਅਤੇ ਲਓ ਜੀ ਮਿੱਤਰੋ, ਆਪਾਂ ਹੁਣ ਕੰਪਨੀ ਵਾਲੇ ਭਰਾ ਆਪਣੇ ਕੋਲ ਖੜ੍ਹੇ ਨੇ, ਇਹਨਾਂ ਤੋਂ ਆਪਾਂ ਟਰੈਕਟਰ ਬਾਰੇ ਪੁੱਛਦੇ ਹਾਂ ਵੀ ਇਹਦੇ ਵਿੱਚ ਕੀ ਕੰਪਨੀ ਦੇ ਰਹੀ ਆ, ਸਾਰੇ ਸਪੈਸੀਫਿਕੇਸ਼ਨ ਜੋ ਵੀ ਨੇ, ਠੀਕ ਆ ਜੀ। ਤੁਹਾਨੂੰ ਸਾਰੀ ਡਿਟੇਲ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਾਈ। ਹੋ ਆਪਣਾ ਨਾਮ ਜੀ? ਪਾਵਰ ਟਰੈਕ ਤੋਂ ਜੀ ਸਰ। ਜੀ ਸਰ, ਅਤੇ ਜਿੱਦਾਂ ਸਰ ਅੱਜ ਆਪਾਂ ਡੀ ਜੀ ਟਰੈਕ ਦੀ ਤੁਸੀਂ ਡਿਲੀਵਰੀ ਦੇ ਰਹੇ ਹੋ, 6 ਤੋਂ 7 ਟਰੈਕਟਰ, ਅਤੇ ਬਹੁਤ ਵੱਡੀ ਗੱਲ ਆ ਜੇ ਆਪਾਂ ਦੇਖੀਏ ਤਾਂ। ਸਰ ਇਹਦੇ ਵਿੱਚ ਕੰਪਨੀ ਕੀ ਹੋਰ ਟਰੈਕਟਰਾਂ ਨੂੰ ਅਲੱਗ ਦੇ ਰਹੀ ਹੈ, ਅਤੇ ਕਿਹੜੀਆਂ ਖੂਬੀਆਂ ਨੇ ਸਾਨੂੰ ਜ਼ਰੂਰ ਇਹਦੇ ਬਾਰੇ ਦੱਸੋ ਜੀ। ਜੀ 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 ਸਰ, ਜਿਵੇਂ ਕਲਰ ਇਹਦਾ ਡਿਫਰੈਂਟ ਆ ਰਿਹਾ ਸਾਰੀਆਂ ਕੰਪਨੀਆਂ ਨੂੰ, ਉਹਦੇ ਬਾਰੇ ਮਤਲਬ ਇਹ ਇਹੀ ਇੱਕ ਟਰੈਕਟਰ ਜਿਹੜਾ ਬਲੈਕ ਕਲਰ 'ਚ ਆ ਰਿਹਾ? ਜੋ ਮੇਨਲੀ ਤੁਸੀਂ ਲੋਡਰ ਵਾਸਤੇ ਜਾਂ ਕਮਰਸ਼ੀਅਲ ਕੰਮ ਵਾਸਤੇ ਯੂਜ਼ ਕਰ ਸਕਦੇ ਹੋ, ਇਹ ਟਰੈਕਟਰ ਦੀ ਖਾਸੀਅਤ ਹੈ। ਉਸ ਤੋਂ ਇਲਾਵਾ ਇਹ ਟਰੈਕਟਰ ਦੇ ਵਿੱਚ ਤੁਹਾਨੂੰ ਟਾਈਗਰ ਲਾਈਟ ਦਿੰਦੇ ਆਪਾਂ ਜੀ, ਜੋ ਆਪਣੇ ਕੁੰਡਾਂ ਦੇ ਵਿੱਚ ਸਪੈਸ਼ਲੀ ਕੰਮ ਨਹੀਂ ਕਰ ਜੀ, ਇਹ ਵੀ ਚੀਜ਼ ਤੁਹਾਨੂੰ ਫੀਚਰ 4K ਟਰੈਕਟਰ 'ਚ ਨਹੀਂ ਮਿਲੂਗੀ। ਅਤੇ ਸਰ ਵੈਸੇ ਵੀ ਜਿਹੜਾ ਇਹਦਾ ਫਰੰਟ ਹਿੱਸਾ ਆ ਰਿਹਾ ਕਿਸੇ ਟਰੈਕਟਰ 'ਚ ਇੰਨਾ ਭਾਰੀ ਨਹੀਂ ਆ ਰਿਹਾ, ਇਹਦਾ ਫਾਇਦਾ ਇਹ ਆ ਜਿਵੇਂ ਆਪਾਂ ਨੇ MP ਪਲਾਓ ਚਲਾਉਣੇ ਨੇ ਜਾਂ ਸੁਪਰ ਸੀਡਰ ਚਲਾਉਣਾ ਤਾਂ ਟਰੈਕਟਰ ਲਿਫਟ ਨਹੀਂ ਕਰਦਾ, ਕਿਉਂਕਿ ਜੇ ਅੱਗੇ ਤੋਂ ਨਹੀਂ ਆਪਾਂ ਨੂੰ ਐਕਸਟਰਾ ਵੇਟ ਲਾਉਣਾ ਪੈਣਾ,
ਇਹਨੂੰ ਕੋਈ ਲੋੜ ਨਹੀਂ ਜੀ, ਏਦਾਂ ਹੀ ਚੱਲਦਾ ਜਿੱਦਾਂ ਕੰਪਨੀ ਦੇ ਰਹੀ ਹੈ ਜੀ। ਬਾਕੀ ਅੱਗੇ ਜਿਵੇਂ ਚੁੱਲ੍ਹਾ ਵੀ ਇਹਦਾ ਬਹੁਤ ਦੂਜਿਆਂ ਨਾਲ ਡਿਫਰੈਂਟ ਆ ਜੀ। ਤੇ ਸਰ ਇਹ ਜਿਹੜਾ ਬੰਪਰ ਹੈ ਇਹ ਕੰਪਨੀ ਇਹ ਵੀ ਨਾਲ ਨਾਲ ਪ੍ਰੋਵਾਈਡ ਕਰਦੀ ਹੈ? ਤੇ ਸਰ ਇਹਦਾ ਮਤਲਬ ਇੰਜਨ ਦੀ ਗੱਲ ਕਰੀਏ ਕਿੰਨੇ ਸੀ ਸੀ ਇੰਜਨ ਆ ਸਰ? ਇਹਦਾ ਇੰਜਨ ਆਉਂਦਾ 3680cc ਦਾ ਇੰਜਨ ਆਉਂਦਾ ਸਰ ਜੀ। ਤੇ ਇਹ 4 ਸਿਲੰਡਰ ਇੰਜਨ ਹੈ ਜੀ, 4 ਸਿਲੰਡਰ ਦੇ ਵਿੱਚ ਡੀਆਈ ਪੰਪ ਆ ਜੀ। ਹਾਂਜੀ। ਤੇ ਸਰ ਇਹਦੀ ਬੈਕਅਪ ਟਾਰਕ ਕਿੰਨੀ ਦੇਣ ਦਾ ਟਰੈਕਟਰ ਹੀ ਹੈ? 47 ਨਿਊਟਨ ਟਾਰਕ ਬੈਕਅਪ ਟਾਰਕ ਹੈ ਜੀ। ਠੀਕ ਆ। ਇੱਕ ਸਰ ਇਹਦੇ ਵਿੱਚ ਹੋਰ ਵੀ ਖੂਬੀ ਆ ਜੀ, ਆਮ ਟਰੈਕਟਰਾਂ ਨੂੰ ਕਿਸੇ 'ਚ ਨਹੀਂ ਆਉਂਦੀ, ਜਿਹੜੀ ਇਹ ਕੰਪਨੀ ਤੋਂ ਆਪਾਂ ਸਿੱਧੀ ਡਾਇਰੈਕਟ ਕਾਲ ਕਰ ਸਕਦੇ ਹਾਂ। ਉਹਦੇ ਬਾਰੇ ਸਾਨੂੰ ਦਿਖਾਇਓ ਕਿੱਦਾਂ ਸਿਸਟਮ ਆ ਜੀ ਉਹ, ਆਪਾਂ ਦਿਖਾਈਏ ਕਿਸਾਨਾਂ ਨੂੰ ਭਾਈ ਆਹ ਚੀਜ਼ ਤੋਂ ਤੁਸੀਂ ਕੰਪਨੀ ਸਿੱਧੀ ਕਾਲ ਕਰ ਸਕਦੇ ਹੋ। ਦੇਖੋ ਲੱਗਿਆ ਹੋਇਆ ਇੱਥੇ ਲਿਖਿਆ ਹੋਇਆ ਕੇਅਰ 24/7 ਜੀ। ਮਤਲਬ ਕਿ ਇਹਦਾ ਫਾਇਦਾ ਇਹ ਹੈ ਕਿ ਮੰਨ ਲਓ ਤੁਹਾਡਾ ਟਰੈਕਟਰ ਕਿਤੇ ਬਾਹਰ ਚੱਲ ਰਿਹਾ, ਮੰਨ ਲਓ ਲੋਕਲ ਨਹੀਂ ਹੈਗਾ, ਬਾਹਰ ਵੀ ਚੱਲਦਾ ਪਿਆ, ਇੱਥੇ ਤੁਸੀਂ ਬਟਨ ਦਬਾਓਗੇ ਡਾਇਰੈਕਟ ਕੰਪਨੀ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ। ਬੜੇ ਸ਼ੋਅ ਚੱਕ ਕੇ ਸਾਨੂੰ ਦਿਖਾਓ ਮਾੜਾ ਜੀ। ਇਹ ਉਹ ਇੱਧਰ 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 ਲੋਕ ਹੈ ਜੀ ਇੱਕ ਸਾਈਡ। ਹਾਂਜੀ ਸਿੰਗਲ ਲੋਕ ਹੈ ਜੀ, ਸਿੰਗਲ ਬੋਨਟ ਟਰੈਕਟਰ ਹੈ ਇਹ। ਓਕੇ। ਇਹਨੂੰ ਦੇਖੋ ਡਬਲ ਜੈਕ ਲੱਗੇ ਹੋਏ ਨੇ ਜੀ ਪੂਰੇ ਹੈਵੀ, ਤੇ ਆਰਾਮ ਨਾਲ ਤੁਸੀਂ ਖੋਲ ਸਕਦੇ ਹੋ। ਤੇ ਉਹ ਇਹ ਏ ਅਲਾਰਮ ਹੈ, ਆਰ ਕੇਅਰ ਬਟਨ ਹੈ ਆਪਣਾ। ਓਕੇ। ਇਹ ਕੇਅਰ ਬਟਨ ਦੁਆਰਾ ਤੁਸੀਂ ਡਾਇਰੈਕਟ ਕੰਪਨੀ ਨਾਲ ਕੰਟੈਕਟ ਕਰਦੇ ਹੋ। ਇਹਦੀ ਖਾਸੀਅਤ ਇੱਕ ਹੋਰ ਹੈ ਕਿ ਤੁਹਾਨੂੰ ਕੋਈ ਵੀ ਫੋਨ ਦੀ ਜ਼ਰੂਰਤ ਨਹੀਂ ਹੈ ਜੀ। ਤੁਸੀਂ ਅਗਰ ਇਹ ਬਟਨ ਨੂੰ ਦਬਾਉਂਦੇ ਹੋ ਡਾਇਰੈਕਟ ਸਪੀਕਰ ਤੋਂ ਹੀ ਤੁਸੀਂ ਕਮਿਊਨੀਕੇਸ਼ਨ ਆਪਣਾ ਕਰ ਸਕਦੇ ਹੋ ਕੰਪਨੀ ਜੀ। ਉਹਦੇ ਇਹਦਾ ਇੱਕ ਫਾਇਦਾ ਹੋਰ ਹੈ ਕਿ ਮੰਨ ਲਓ ਕੋਈ ਤੁਹਾਡਾ ਡਰਾਈਵਰ ਵੀ ਟਰੈਕਟਰ ਚਲਾ ਰਿਹਾ ਜੀ, ਤਾਂ ਉਹ ਵੀ ਸਿੱਧਾ ਇਹਨਾਂ ਕੰਟੈਕਟ ਕਰ ਸਕਦਾ, ਉਹਨੂੰ ਆਪਣੇ ਮਾਲਕ ਨੂੰ ਫੋਨ ਕਰਨ ਦੀ ਲੋੜ ਨਹੀਂ, ਉਹ ਸਿੱਧਾ ਸਾਡੇ ਕੋਲ ਕੰਪਲੇਂਟ ਆਪਣੀ ਦੇ ਸਕਦਾ ਜੀ। ਔਰ ਮੰਨ ਲਓ ਉਹਨੂੰ ਕਿਤੇ ਫੋਨ ਦੀ ਸਪੋਰਟ ਸਰਵਿਸ ਚਾਹੀਦੀ ਹੈ, ਮੰਨ ਲਓ ਸਰਵਿਸ ਚਾਹੀਦੀ ਹੈ, ਆਪਾਂ ਘਰ ਪਹੁੰਚ ਸਰਵਿਸ ਵੀ ਦਿੰਦੇ ਹਾਂ। ਮਤਲਬ ਜਦੋਂ ਤੁਸੀਂ ਕਾਲ ਕਰ ਲਈ ਤਾਂ ਮਤਲਬ ਡਾਇਰੈਕਟ ਕੰਪਨੀ ਕੋਲ, ਬਾਕੀ ਤਾਂ ਤੁਹਾਨੂੰ ਜਦੇ ਕਾਲ ਆਊਗੀ ਤੇ ਤੁਹਾਡੀ ਪ੍ਰੋਬਲਮ ਪੁੱਛੀ ਜਾਊਗੀ, ਤੇ ਜੋ ਪ੍ਰੋਬਲਮ ਆ ਉਹ ਆ ਕੇ ਜਦੇ ਉਹਦੀ ਸੋਲੂਸ਼ਨ ਕਰਿਆ ਜਾਊਗਾ, ਸਰਵਿਸ ਜਦੇ ਮਿਲੂਗੀ 24 ਘੰਟੇ ਜੋ ਦਿਨ ਵਿੱਚ ਰਾਤ ਹੋਵੇ। ਠੀਕ ਹੈ ਸਰ। ਤੇ ਇਹ ਸਰ 2 ਸਪੀਡ ਆ ਰਿਹਾ ਕਿੰਨਾ ਉਹਦੇ ਚ? 3 ਸਪੀਡ ਆ ਰਿਹਾ। 3 ਸਪੀਡ ਆ ਰਿਹਾ ਜੀ, ਹਾਈ ਲੋ ਮੀਡੀਅਮ ਗੇਅਰ ਬਕਸੇ, ਹਾਈ ਲੋ ਮੀਡੀਅਮ ਗੇਅਰ ਦੇ ਵਿੱਚ। ਠੀਕ ਹੈ ਸਰ। ਹੁਣ ਇਹਦੇ ਵਿੱਚ ਹੋਰ ਵੀ ਹੈ ਕਿ ਆਪਣਾ ਜੋ ਗੇਅਰ ਬਕਸਾ ਸਰ, ਇੱਕ ਇਹ ਜਿਹੜਾ ਏਅਰ ਫਿਲਟਰ ਆ ਜੀ, ਇਹ ਮਤਲਬ ਸਿਰਫ ਆਪਾਂ ਕਹਿ ਸਕਦੇ ਆ ਵੀ ਡੀ ਡਰੈਗ ਹੋ ਗਿਆ ਤੁਹਾਡੇ ਟਰੈਕਟਰਾਂ ਦੇ ਵਿੱਚ ਆ ਰਿਹਾ, ਇਹ ਆਮ ਨਾਲੋਂ ਡਿਫਰੈਂਟ ਹੈ, ਇਹਦਾ ਕੀ ਫਰਕ ਹੈ ਜੀ? ਇਹ ਫਲੀਟ ਗਾਰਡ ਦਾ ਕੰਪਨੀ ਦਾ ਏਅਰ ਫਿਲਟਰ ਆ ਜੀ, ਇਹਦੇ ਵਿੱਚ 3 ਸਟੇਜ ਏਅਰ ਕਲੀਨਿੰਗ ਹੁੰਦੀ ਆ ਜੀ। ਜਿਵੇਂ ਫਸਟ ਕਲੀਨਿੰਗ ਇੱਥੋਂ ਹੁੰਦੀ ਆ ਜੀ, ਜਦੋਂ ਫਸਟ ਕਲੀਨਿੰਗ ਇੱਧਰ ਆਈ ਜੀ, ਸੈਕਿੰਡ ਕਲੀਨਿੰਗ ਇੱਥੋਂ ਆਈ, ਥਰਡ ਕਲੀਨਿੰਗ ਇੱਥੋਂ ਆ। ਦੂਜੇ ਨੰਬਰ ਤੇ ਇਹਦਾ ਸਾਈਜ਼ ਅਦਰ ਟਰੈਕਟਰ ਤੋਂ ਡਰਾਈ ਫਿਲਟਰ ਤੋਂ ਵੀ ਵੱਡਾ ਹੈ, ਵੱਡਾ ਸਾਈਜ਼ ਆ ਜੀ, ਵੱਡਾ ਸਾਈਜ਼, ਜਿੰਨਾ ਕਿ ਇਹਦੀ ਚੌਕਿੰਗ ਦੀ ਜਿਹੜੀ ਪ੍ਰੋਬਲਮ ਆ ਉਹ ਜਲਦੀ ਤੁਹਾਨੂੰ ਚੌਕਿੰਗ ਨਹੀਂ ਮਿਲੂਗੀ। ਜਿੱਦਾਂ ਆਮ ਫਿਲਟਰ ਜਿੱਦਾਂ ਮੰਨ ਲਓ ਟਰੈਕਟਰ ਡੇਲੀ ਚੱਲ ਰਿਹਾ, ਮਤਲਬ ਤਾਂ ਤੁਹਾਨੂੰ ਡੇਲੀ ਸਾਫ ਕਰਨਾ ਪੈਂਦਾ, ਉਹ ਜ਼ਿਆਦਾ ਦੋ ਦੋ ਵਾਰ ਵੀ ਵਿੱਚ ਕਰਨਾ ਪੈਂਦਾ ਹੈ। ਇਹਨੂੰ ਤੁਸੀਂ ਮਤਲਬ ਇਹ ਨਹੀਂ ਵੀ ਡੇਲੀ ਨਹੀਂ ਕਰਨਾ, ਇਹ ਮਤਲਬ ਅੰਦਰ ਇਹਦੀ ਡਸਟ ਘੱਟ ਜਾਂਦੀ ਆ, ਛੇਤੀ ਚੌਕ ਨਹੀਂ ਹੁੰਦਾ, ਤੇ ਇਹਦਾ ਸਰ ਅਲਾਰਮ ਵੀ ਆਉਂਦਾ ਫਿਰ ਜਦੋਂ ਚੌਕ ਆਉਂਦਾ ਜੀ, ਪਿੱਛੇ ਅਲਾਰਮ ਲੱਗਿਆ ਵਾ, ਜਦੋਂ ਵੀ ਤੁਹਾਡਾ ਇਹ ਚੌਕ ਹੋਊਗਾ ਜੀ, ਤੁਹਾਡੇ ਮੀਟਰ ਤੇ ਲਾਈਟ ਵੀ ਜਗੂਗੀ ਜੀ, ਔਰ ਇਹਦੇ ਵਿੱਚ ਵੀ ਤੁਹਾਨੂੰ ਦਿਖਾਈ ਦਿੱਤਾ ਤੇ ਇਸ ਇਹ ਲੱਗਿਆ ਵਾ ਇਹਨੇ ਜਦੋਂ ਅਲਾਰਮ ਕਰ ਦੇਣਾ ਵੀ ਤੁਹਾਡਾ ਭਾਈ ਚੌਕ ਆ, ਇਹਨੂੰ ਕਲੀਅਰ ਕਰੋ, ਤੇ ਮਤਲਬ ਉਹ ਵੀ ਸਾਰਾ ਇਹਦੇ ਤੱਕ ਡਸਟ ਵੀ ਘੱਟ ਜਾਂਦੀ, ਉਹਦੀ ਲਾਈਫ ਵੀ ਜ਼ਿਆਦੇ ਹੋਊ। ਜਿੱਦਾਂ ਆਮ ਟਰੈਕਟਰਾਂ ਦੇ ਜਿਹੜੇ ਲੱਗੇ ਹੁੰਦੇ ਨੇ ਉਹ ਕਹਿੰਦੇ ਨੇ 500 ਘੰਟੇ ਬਾਅਦ ਚੇਂਜ ਕਰ ਦਿਓ ਜੀ ਦੋਨੇ ਫਿਲਟਰ, ਇਹ ਡਬਲ 1000 ਘੰਟੇ ਦੇ, ਇਹ 'ਚ ਵੀ ਫਾਇਦਾ ਆਪਣਾ ਜੀ, ਮਤਲਬ ਨਹੀਂ ਮੰਨ ਲਓ ਉਹ ਛੇਤੀ ਕਰਦੇ ਆ ਉਹਦਾ ਵੀ ਖਰਚਾ ਵੱਧਦਾ ਹੀ ਹੈ ਕਿਸਾਨ ਦੇ। ਤੇ ਸਰ ਇਹਦੀ ਸਰਵਿਸ ਸਰ ਕਿੰਨੇ ਟਾਈਮ ਬਾਅਦ ਹੁੰਦੀ ਹੈ? ਸਰ ਇਹਦੀ ਪਹਿਲੀ ਸਰਵਿਸ ਜੋ ਹੈ 50 ਘੰਟੇ ਤੇ ਆ, ਬਾਕੀ ਸਰਵਿਸ ਹੁੰਦੇ ਨੇ 250-250 ਘੰਟੇ, 250 ਘੰਟੇ ਦੇ। ਹਾਂਜੀ ਜੀ ਸਰ। ਔਰ ਇਹਦੇ ਵਿੱਚ ਖਾਸੀਅਤ ਹੋਰ ਆ ਜੋ ਡੀ ਟ੍ਰੈਗ ਆਪਣਾ ਟਰੈਕਟਰ ਆਉਂਦਾ ਸਰ, ਇਹਦੇ ਵਿੱਚ ਤੁਹਾਨੂੰ ਡਬਲ ਕਲੱਚ ਦਾ ਆਪਸ਼ਨ ਦਾਨ ਦਿੱਤਾ ਹੋਇਆ, ਇਹਦੇ ਵਿੱਚ ਹੱਥ ਦੀ ਕਲੱਚ ਦਿੱਤਾ ਹੈ। ਓਕੇ 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 ਸਰ। ਤੇ 3 ਸਪੀਡ ਦੇ ਵਿੱਚ ਆ ਜੀ? 3 ਸਪੀਡ ਦੇ ਵਿੱਚ ਆਉਂਦਾ ਉਹ ਪਲੇਟਫਾਰਮ, ਆਪਣਾ ਪਲੇਨ ਆਉਂਦਾ, ਉੱਚਾ ਪਲੇਟਫਾਰਮ ਆਉਂਦਾ ਜੀ।
ਜਿਹਨਾਂ ਬਹਿਣਾ ਉਤਰਨਾ ਸੌਖਾ ਹੀ ਜੀ, ਐਨ ਮਤਲਬ ਫਲੈਟ ਕਹਿ ਸਕਦੇ ਆਪਾਂ, ਖੁੱਲਾ ਡੁੱਲਾ ਕਹਿ ਸਕਦੇ ਆ। ਤੇ ਇੱਕ ਹੋਰ ਚੀਜ਼ ਦੇਖੀ ਆ ਜੀ, ਇਹਦੇ ਮਿਊਜ਼ਿਕ ਸਿਸਟਮ ਲਈ ਵੀ ਕੰਪਨੀ ਨਾ ਬਣਾ ਕੇ ਦੇ ਰਹੀ ਆ, ਇਹ ਕਿਸੇ ਕੋਈ ਕੰਪਨੀ ਨਹੀਂ ਦੇ ਚੀਜ਼ਾਂ ਦੇ ਰਹੀ। ਮਤਲਬ ਪਲੇਸਮੈਂਟ ਤਾਂ ਦਿੱਤੀ ਹੈ ਕਿ ਜਿਵੇਂ ਆਪਾਂ ਸਪੀਕਰ ਪਿੱਛੇ ਲਾ ਲੈਂਦੇ ਆ ਤਾਂ ਆਪਾਂ ਨੂੰ ਦੇਖਣ 'ਚ ਵਿੱਚ ਪ੍ਰੋਬਲਮ ਆਉਂਦੀ ਜੀ, ਅਤੇ ਆਪਾਂ ਸਪੀਕਰਾਂ ਦੀ ਜਗ੍ਹਾ ਦੇਤੀ, ਆਪਾਂ ਇੱਥੋਂ ਸਪੀਕਰ ਲਾ ਕੇ ਆਰਾਮ ਨਾਲ ਆਪਣਾ ਮਿਊਜ਼ਿਕ ਵੀ ਇੰਜੋਏ ਕਰ ਸਕਦੇ ਹਾਂ ਔਰ ਪਿੱਛੇ ਦੇਖਣ ਦੇ ਵਿੱਚ ਵੀ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ। ਅਤੇ ਸਰ ਜਿੱਦਾਂ ਲਿਫਟ ਕਪੈਸਿਟੀ ਆ ਕਿੰਨੀ ਦੇ ਰਹੀ ਆ ਕੰਪਨੀ? ਇਹ ਸਰ ਲਿਫਟ ਕਪੈਸਿਟੀ 2500 ਕਿਲੋ ਲਿਫਟ ਕਪੈਸਿਟੀ ਆਉਂਦੀ ਆ ਔਰ ਹਾਈ ਸੈਂਸੀ ਲਿਫਟ ਆਉਂਦੀ ਆ ਜੀ। ਹਾਈ ਸੈਂਸੀ ਦਾ ਮਤਲਬ ਇਹ ਹੁੰਦਾ ਕਿ ਯਾਰ ਬਰੀਕ ਤੋਂ ਬਰੀਕ ਵੀ ਆਪਾਂ ਜਿਹੜਾ ਉਹਨੂੰ ਚੱਕ ਸਕਦੇ ਹਾਂ ਜੀ, ਇਹ ਤੁਮਕਾ ਨਹੀਂ ਦਿੰਦੇ ਤੁਹਾਨੂੰ ਲਿਫਟ ਬਿਲਕੁਲ ਜੀ, ਇਹਦੀ ਖਾਸੀਅਤ ਹੈ। ਅਤੇ ਇਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਜਿਹੜੀ ਆਪਣੀ ਕੰਪਨੀ ਆ ਇਹਦੀ ਪਹਿਲੇ ਦਿਨ 'ਤੇ ਲਿਫਟ ਦੀ ਤਾਂ ਬਹੁਤ ਸਿਫਤ ਆ ਵੀ ਜਿੱਥੇ ਤੁਸੀਂ ਬਾਂਤੀ ਚਾਹੇ ਇੱਕ ਇੱਕ ਇੰਚ ਦੇ ਤੁਸੀਂ ਉੱਪਰ ਥੱਲੇ ਕਰ ਲਓ ਉੱਨੀ ਉਹ ਮਤਲਬ ਜੇ ਬਿਜਾਈ ਕਰਨੀ ਆ ਕੋਈ ਵੀ ਤੁਸੀਂ ਫਸਲ ਦੀ ਆਰਾਮ ਨਾਲ ਕਰ ਸਕਦੇ ਹੋ। ਅਤੇ ਸਰ ਮਤਲਬ ਇੱਕ ਹੋਰ ਇੱਕ ਚੀਜ਼ ਹੋਰ ਦੱਸ ਦੇਣਾ ਸਰ ਇਹਦੇ ਵਿੱਚ, ਤੁਹਾਨੂੰ ਇੱਕ ਫੀਚਰ ਹੋਰ ਇਹਦੇ ਵਿੱਚ ਐਡ ਆਨ ਹੁੰਦਾ ਵਾ ਜੀ। ਹੁਣ ਜਿਹੜਾ ਮੇਨਲੀ ਇਹਦਾ ਜਿਹੜਾ ਪੀਟੀਓ ਵੀ ਆ ਇਹ 540 ਵੀ ਆ ਅਤੇ ਮਲਟੀ ਸਪੀਡ ਪੀਡੀਓ ਵੀ ਆ, ਇਹ ਤੁਸੀਂ ਗੇਅਰਾਂ ਦੇ ਵਿੱਚ ਵੀ ਯੂਜ਼ ਕਰਦੇ ਹੋ। ਹੁਣ ਗੇਅਰਾਂ ਦੇ ਵਿੱਚ ਤੁਸੀਂ ਕਹੋ ਕਿੱਦਾਂ ਯੂਜ਼ ਕਰ ਸਕਦੇ, ਜਿਵੇਂ ਆਪਾਂ ਜਨਰੇਟਰ ਯੂਜ਼ ਕਰਨਾ, ਆਪਾਂ ਨੇ ਪੰਪ ਯੂਜ਼ ਕਰਨਾ, ਅਲਟੀਨੇਟਰ ਯੂਜ਼ ਕਰਨਾ, ਉਹਦੇ ਲਈ ਤੁਸੀਂ ਗੇਅਰਾਂ ਦੇ ਵਿੱਚ ਵੀ ਇਹਦੀ ਪੀਡੀਓ ਯੂਜ਼ ਕਰ ਸਕਦੇ ਹੋ। ਅਰੇ ਨਾਲ ਰਹੀ ਗੱਲ ਹਾਈਡ੍ਰੋਲਿਕ ਦੀ, ਹਾਈਡ੍ਰੋਲਿਕ ਦਾ ਇੱਕ ਪੁਆਇੰਟ ਰਹਿ ਗਿਆ ਕਿ ਇਹਦੇ ਵਿੱਚ ਆਪਾਂ ਲਿਫਟ ਲੋਕ ਕੰਮ ਆ ਲਿਫਟ ਮੈਂ ਦੇਖਣਾ ਸੀ, ਲਿਫਟ ਲੋਕ ਵੀ ਮਿਲਦਾ ਹੈ, ਪਲੱਸ ਇਹਨਾਂ ਤੁਸੀਂ ਲਿਫਟ ਦੀ ਰਫਤਾਰ ਵੀ ਕੰਟਰੋਲ ਕਰ ਸਕਦੇ ਹੋ ਵੀ ਸਪੀਡ ਵੀ ਘੱਟ ਵੱਧ ਕਰ ਸਕਦੇ ਹੋ ਅਤੇ ਖੜਾ ਵੀ ਸਕਦੇ ਹੋ, ਦੋਨੋਂ ਕੰਮ ਇੱਕ ਚੀਜ਼ ਤੋਂ ਕਰ ਸਕਦੇ ਹੋ। ਅਤੇ ਸਾਰੇ ਡਿਜੀਟ੍ਰੈਕ ਦੇ ਕਿੰਨੇ ਮਾਡਲ ਆ ਰਹੇ ਨੇ ਜੀ? ਮਤਲਬ ਡਿਜੀਟ੍ਰੈਕ ਦੇ ਵਿੱਚ ਸਰ ਇਸ ਟਾਈਮ ਦੋ ਮਾਡਲ ਆ ਰਹੇ ਆ, ਇੱਕ PP46 ਆਈ ਜਾਂਦਾ, ਇੱਕ PP43 ਆਈ ਜਾਂਦਾ ਜੀ। ਜਿਹੜੇ ਤੁਹਾਡੇ ਸਾਹਮਣੇ ਹੁੰਦਾ ਇਹ PP46 ਆਈ ਕਲੋਕ ਦਾ ਸਰ, ਇਹ 16 ਦੇ ਟਾਇਰਾਂ ਦੇ ਵਿੱਚ ਆਉਂਦਾ ਸਰ ਜੀ। ਅਤੇ ਸਰ ਇਹਦਾ ਇੱਕ ਮਤਲਬ ਜਦੋਂ ਆਪਾਂ ਬੈਟਰੀ ਦਾ ਸਿਫਤ ਕਰੇ ਦਿੱਤੀ, ਇਹਦਾ ਬੈਕ ਸਾਨੂੰ ਗੇਅਰਾਂ ਦੇ ਹਿੱਸਾ ਵੀ ਦਿਖਾਓ ਜ਼ਰੂਰ ਜੀ ਵੀ ਉਹ ਕਿੰਨਾ ਹੈਵੀ ਆਉਂਦਾ, ਕਿਉਂਕਿ ਮੇਨ ਜਦੋਂ ਆਪਾਂ ਇੰਪਲੀਮੈਂਟ ਚਲਾਉਂਦੇ ਇਹ ਚੀਜ਼ ਬਹੁਤ ਜ਼ਰੂਰੀ ਹੈ ਜੀ। ਨਹੀਂ ਮਤਲਬ ਇੰਨਾ ਹੈਵੀ ਮੈਂ ਕਿਸੇ ਟਰੈਕਟਰ ਨੂੰ ਨਹੀਂ ਦੇਖਿਆ ਬੈਕ 'ਤੇ, ਕਿਉਂਕਿ ਅੱਜ ਕੱਲ੍ਹ ਦੇਖੋ ਇੰਪਲੀਮੈਂਟ ਵੱਡੇ ਨੇ, ਟਰਾਲੇ ਵੱਡੇ ਨੇ, ਹੈ ਨਾ, ਇਹ ਚੀਜ਼ 'ਤੇ ਲੋਡ ਪੈਂਦਾ ਜੀ। ਜਾਂ ਆਪਾਂ ਦੇਖਿਆ ਜੀ ਉਰੋਂ ਹੈਵੀ ਹੁੰਦਾ, ਗਾਹਾਂ ਜਾ ਕੇ ਹੈਵੀ ਪਤਲਾ ਹੋ ਜਾਂਦਾ ਜੀ, ਇਹਦੇ ਇਹਦੇ ਸਾਰਾ ਇੱਕੋ ਸਾਰ ਦਾ ਜੀ। ਜੁੜੇ ਹੋਏ ਹੋ ਤਾਂ 5000 ਘੰਟਾ ਦੇ 5 ਸਾਲ ਤੱਕ ਵਾਰੰਟੀ ਆ, ਫੁੱਲ ਆ ਜੀ। ਠੀਕ ਆ ਸਰ, ਇੰਜਨ ਗੇਅਰ ਬਕਸਾ ਹਾਈਡ੍ਰੋਲਿਕ ਦੀ ਵਾਰੰਟੀ ਆਉਂਦੀ ਹੈ ਜੋ ਕੰਪਨੀ ਖੁਦ ਬਣਾਉਂਦੀ ਹੈ, ਇੰਜਨ ਗੇਅਰ ਬਕਸਾ ਹਾਈਡ੍ਰੋਲਿਕ, ਓਕੇ ਸਰ, ਉਹਨਾਂ ਦੀ ਆਪਾਂ 5 ਸਾਲ ਦੀ ਵਾਰੰਟੀ। ਇਹਦੇ ਡਿਸਟ੍ਰੀਬਿਊਟਰ ਵੀ ਡਬਲ ਵਾਲਾ ਹੁੰਦਾ ਜੀ? ਡਬਲ ਵਾਲਾ ਡਿਸਟ੍ਰੀਬਿਊਟਰ ਹੁੰਦਾ ਉਹਦੇ ਤੇ। ਤੇ ਲਿਫਟ ਦੀ ਸੈਂਸਿੰਗ ਇਹਦੀ ਉਰੇ ਉਰੇ ਵੀ ਆ? ਹਾਂਜੀ, ਏਰੀਆ ਵਿੱਚ 3 ਵਾਲ ਦਿੱਤੇ ਹੋਏ ਸਰ, ਆਪਾਂ 3 ਦੇ ਹਿਸਾਬ ਨਾਲ ਕਿਤੇ ਵੀ ਆਪਾਂ ਕੰਟਰੋਲ ਕਰ ਸਕਦੇ ਹਾਂ ਜੀ ਸਰ। ਜੇ ਸਭ ਤੋਂ ਥੱਲੇ ਸਭ ਤੋਂ ਜ਼ਿਆਦਾ ਸੈਂਸਿੰਗ ਹੈ ਇੱਥੇ ਮੀਡੀਅਮ ਸੈਂਸਿੰਗ ਆ ਜੀ, ਉੱਪਰ 0 ਸੈਂਸਿੰਗ ਆ ਜੀ, ਇਹਨਾਂ 3 ਸੈਂਸਿੰਗ ਮੋਡ ਦਿੱਤੇ ਹੋਏ। ਹੁੱਕ ਵੀ ਵਗੈਰਾ ਜੀ, ਮੈਂ ਇਹਨੂੰ ਤਾਂ ਬਹੁਤ ਵਧੀਆ ਹੁੱਕ ਕੰਪਨੀ ਲਾ ਕੇ ਦੇ ਰਹੀ ਆ, ਵਿੱਚ ਤਾਂ ਕੰਪਨੀਆਂ ਹੁੱਕ ਦਿੰਦੀ ਹੀ ਨਹੀਂ ਜੀ, ਉਹ ਵਾਲੇ ਨੂੰ ਬਾਹਰ ਖਰਚਾ ਕਰਨਾ ਪੈਂਦਾ, ਇਹਦੇ ਵਿੱਚ ਕੰਪਨੀ ਫਿੱਟ ਆ, ਕੰਪਨੀ ਬੈਕ 'ਤੇ ਵੀ ਅਤੇ ਫਰੰਟ 'ਤੇ ਵੀ ਦੋਨੋਂ ਸਾਈਡਾਂ ਆ ਰਿਹਾ ਜੀ, ਮਤਲਬ ਟਾਇਰ ਵੀ ਪੂਰੇ MRF ਕੰਪਨੀ ਦੇ ਟੌਪ ਦੇ ਪਾ ਕੇ ਦੇ ਰਹੇ ਨੇ। ਮੇਰੇ ਵਿੱਚ ਹਰ ਚੀਜ਼ ਬ੍ਰਾਂਡ ਦੀ ਮਿਲੂਗੀ, ਟਾਇਰ MRF ਦੇ ਮਿਲਣਗੇ, ਬੈਟਰੀ ਐਕਸਾਈਡ ਦੀ ਮਿਲੂਗੀ ਜੀ, ਤੇ 에ਅਰ ਫਿਲਟਰ ਵੀ ਦੇ ਰਹੇ ਆ ਤਾਂ ਫਲੀਟ ਗਾਰਡ ਦਾ ਮਿਲੂਗਾ ਜੀ, ਜੇ ਮੈਂ ਨਟ ਵੀ ਲੱਗਿਆ ਤਾਂ ਉਹ TVS ਦੇ ਲੱਗੇ ਨੇ, ਹਰ ਚੀਜ਼ ਤਾਂ ਮਤਲਬ ਬ੍ਰਾਂਡ ਦੀ ਮਿਲਦੀ ਹੈ ਇਹਦੇ ਵਿੱਚ, ਨੋਨ ਬ੍ਰਾਂਡ ਚੀਜ਼ ਅਸੀਂ ਲਾ ਕੇ ਨਹੀਂ ਦੇ, ਤਾਂ ਸਪੋਰਟ ਇੱਕ ਬਹੁਤ ਵੱਡਾ ਬ੍ਰਾਂਡ ਹੈ ਜੀ। ਤੇ ਸਰ ਜਿੱਦਾਂ ਇਹ ਮਤਲਬ ਤੁਸੀਂ ਇਹ ਆਪ ਇੱਕ ਫਾਰਮਰ ਨੇ ਆਪਦੀ ਚੋਇਸ ਨਾਲ ਲਵਾਈ ਹੈ ਜੀ, ਇਹ ਅਲੱਗ ਆ ਜੀ, ਇਹ ਕੰਪਨੀ ਨਹੀਂ ਦੇ ਰਹੀ, ਜਿਹੜੀ ਦੂਸਰੀ ਛਤਰੀ ਆ ਕੱਪੜੇ ਵਾਲੀ ਨੋਰਮਲ ਉਹ ਕੰਪਨੀ ਦੇ ਰਹੀ ਆ, ਇਹ ਫਾਰਮ ਆਪਦੀ ਚੋਇਸ ਨਾਲ ਬੰਦਾ ਲਵਾ ਸਕਦਾ, ਤੁਹਾਡੇ ਕੋਲ ਅਵੇਲੇਬਲ ਆ ਜੀ। ਠੀਕ ਆ, ਥੈਂਕ ਯੂ ਸਰ ਜਾਣਕਾਰੀ ਦੇਣ ਲਈ ਜੀ। ਤੇ ਹੁਣ ਆਪਾਂ ਦਿਖਾਉਂਦੇ ਹਾਂ ਡਿਲੀਵਰੀ ਜੋ ਹੁਣ ਅੱਗੇ ਦੇ ਜੀ। ਮਿੱਤਰੋ ਜੋ ਟਰੈਕਟਰ ਜਿਹਦੇ ਖੂਬੀਆਂ ਨੇ ਆਪਾਂ ਮੋਟਾ ਮੋਟਾ ਤੁਹਾਨੂੰ ਸਾਰਾ ਸਮਝਾਤਾ, ਠੀਕ ਆ ਜੀ।
ਤੇ ਹੁਣ ਆਪਾਂ ਕਰਨੀ ਆ ਡਿਲੀਵਰੀ। ਇੱਕ ਟਰੈਕਟਰ ਰਹਿੰਦਾ ਉਹਨੇ ਉਰੇ ਆ ਕੇ ਲੱਗਣਾ ਹੈ, ਉਹਦੇ ਲੱਗਿਆ ਵਾ ਲੋਡਰ, ਠੀਕ ਹੈ ਜੀ। ਅਤੇ ਇਹ ਜਿਹੜੇ ਆਪਣੇ ਭਰਾ ਨੇ ਇਹ ਲੋਡਰ ਦਾ ਕੰਮ ਕਰਦੇ ਨੇ ਅਤੇ ਟਰਾਲੀਆਂ ਦਾ ਵੀ ਕਰਦੇ ਨੇ, ਉਹਦੀ ਆਪਾਂ ਇੱਕ ਅਲੱਗ ਵੀਡੀਓ ਕਰਨੀ ਆ, ਉਹ ਵੀ ਆਪਣੇ ਚੈਨਲ 'ਤੇ ਆਊਗੀ, ਉਹ ਵੀ ਜ਼ਰੂਰ ਦੇਖਿਓ। ਜਿਹੜੇ ਭਰਾ ਮੇਰੇ ਫਰੰਟ ਲੋਡਰ ਹੋ ਗਿਆ ਜਾਂ ਗੱਠਾਂ ਵਾਲੀ ਟਰਾਲੀ ਜਿਹੜੀ ਗੋਲ ਗੱਠ ਲਿਫਟ ਟਰਾਲੀ ਆਪਦੇ ਆ ਭਰਦੀ ਆ, ਉਹ ਸਿਰਫ ਸਿਰਫ ਇਹ ਉਰੇ ਬਣਾ ਰਹੇ ਨੇ, ਠੀਕ ਆ ਜੀ, ਹੋਰ ਕੋਈ ਨਹੀਂ ਬਣਾ ਰਿਹਾ। ਉਹ ਵੀ ਤੁਹਾਨੂੰ ਦਿਖਾਵਾਂਗੇ ਅਤੇ ਇਹ ਤੋਂ ਬਾਅਦ ਆਪਾਂ ਲੋਡਰਾਂ ਟਰੈਕਟਰ ਉਰੇ ਆ ਜਾਣਾ, ਉਹ ਵੀ ਦਿਖਾਵਾਂਗੇ ਅਤੇ ਕਿਸਾਨਾਂ ਨੂੰ ਡਿਲੀਵਰੀ ਦੇਣੀ ਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਬਲੌਗ ਵੀਡੀਓ ਨਾਲ ਬਣੇ ਰਹੋ ਅਤੇ ਉਹਨੂੰ ਪੁੱਛਾਂਗੇ ਵੀ ਤੁਹਾਨੂੰ ਕੀ ਇਹ ਟਰੈਕਟਰ 'ਚ ਖਾਸੀਅਤ ਲੱਗੀ, ਵੀ ਤੁਹਾਡੀ ਮਤਲਬ ਤੁਸੀਂ ਪਹਿਲਾਂ ਚਲਾਉਂਦੇ ਆਏ ਹੋ ਜਾਂ ਤੁਸੀਂ ਫਸਟ ਜੋੜੇ ਹੋ, ਜੋ ਵੀ ਉਹਨਾਂ ਦਾ ਰਿਵਿਊ ਆਪਾਂ ਤੁਹਾਨੂੰ ਉਹ ਵੀ ਦੇਵਾਂਗੇ। ਅਤੇ ਲਓ ਜੀ ਮਿੱਤਰੋ, ਲੋਡਰ ਵਾਲਾ ਟਰੈਕਟਰ ਵੀ ਪਹੁੰਚ ਚੁੱਕਿਆ ਅਤੇ ਇਹਦੇ ਭਰਾਵਾਂ ਨੇ ਲੋਡਰ ਲਵਾਇਆ ਅਤੇ ਜਿਹੜਾ ਲੋਡਰ ਲੱਗਿਆ ਹੋਇਆ ਇਹ ਉਰੇ ਭਰਾ ਆਪ ਖੁਦ ਤਿਆਰ ਕਰਦੇ ਨੇ। ਇਹ ਵੀ ਦੋ ਤਿੰਨ ਤਰ੍ਹਾਂ ਦਾ ਕਰਦੇ ਨੇ, ਉਹ ਵੀ ਤੁਹਾਨੂੰ ਆਪਾਂ ਇੱਕ ਅਲੱਗ ਵੀਡੀਓ ਸਾਰਾ ਦਿਖਾਵਾਂਗੇ, ਠੀਕ ਹੈ ਜੀ। ਅਤੇ ਉਹ ਵੀ ਵੀਡੀਓ ਜ਼ਰੂਰ ਦੇਖਿਓ ਫੁੱਲ ਹੈਵੀ ਦੇ ਵਿੱਚ, ਠੀਕ ਹੈ ਜੀ। ਬੁੱਲ ਮੇਟ ਇਹਨਾਂ ਦਾ ਜੋ ਨਾਮ ਆ ਫਰਮ ਦਾ, ਬੁੱਲ ਮੇਟ ਦੇ ਨਾਮ 'ਤੇ ਲਾਉਂਦੇ ਨੇ, ਫਲੋਰ ਗਿਆਨ ਸਿੰਘ, ਠੀਕ ਹੈ ਜੀ। ਅਤੇ ਬੈਗ 'ਤੇ ਵੀ ਪੂਰਾ ਐਨ ਹੈਵੀ ਜਗਾੜ ਲਾ ਕੇ ਦਿੰਦੇ ਨੇ ਜੋ ਜੋ ਇਹਨੂੰ ਚਾਹੀਦਾ ਹੈ। ਇਹ ਖੁਦ ਨਾਲ ਜੇ ਤੁਸੀਂ ਮਤਲਬ ਕਿਹਨੂੰ ਲੋੜ ਆ ਤਾਂ ਉਰੇ ਲਵਾ ਸਕਦੇ ਨੇ, ਠੀਕ ਹੈ ਜੀ। ਗਿਆਨ ਸਿੰਘ ਫਲੋਰ ਬੁੱਲ ਮੇਟ ਇਹ ਇਹਨਾਂ ਦੇ ਫੋਨ ਨੰਬਰ ਨੇ, ਤੁਸੀਂ ਇਹਨਾਂ 'ਤੇ ਕਾਲ ਕਰਕੇ ਲਵਾ ਸਕਦੇ ਹੋ। ਅਤੇ ਇੱਕ ਟਰੈਕਟਰ ਵਾ ਆਪਣਾ ਹੋ ਗਿਆ ਲੋਡਰ ਵਾਲਾ, ਤਿੰਨ ਟਰੈਕਟਰ ਹੋ ਗਏ ਫਾਈਬਰ ਹੁੱਡ ਵਾਲੇ, ਤਿੰਨ ਟਰੈਕਟਰ ਹੋ ਗਏ ਸਿੰਪਲ ਛਤਰੀਆਂ ਵਾਲੇ। ਅਤੇ ਮਾਡਲ ਸਾਰੇ ਸੇਮ ਨੇ, ਡੀਜੀ ਟਰੈਕਸ PP46i, ਠੀਕ ਆ ਜੀ। ਬੈਗ 'ਤੇ 16 ਟਾਇਰ ਨੇ, ਮੂਹਰੇ ਦੇ 7x16 ਦੇ ਨੇ, ਪਿੱਛੇ 16x28, ਕਿਉਂਕਿ ਇਹਦੇ ਲੋਡਰ ਤਾਂ ਕਾਮਯਾਬ ਇਹਦਾ ਫਰੰਟ ਜਿਹੜਾ ਹਿੱਸਾ ਉਹ ਬਹੁਤ ਜ਼ਿਆਦਾ ਹੈਵੀ ਆ, ਕਮਰਸ਼ੀਅਲ ਅਪਯੂਜ਼ ਲਈ ਕੰਪਨੀ ਪਹਿਲਾਂ ਹੀ ਉੱਦਾਂ ਦਾ ਫੁੱਲ ਹੈਵੀ ਲਾ ਕੇ ਦਿੰਦੀ ਆ। ਜਿੱਦਾਂ ਮਰਜ਼ੀ ਤੁਸੀਂ ਲੋਡਰ ਚਲਾਓ, ਜੋ ਮਰਜ਼ੀ ਜੀ ਚਲਾਓ, ਕੋਈ ਪ੍ਰੋਬਲਮ ਨਹੀਂ, ਕੰਪਨੀ ਦੀ ਫੁੱਲ ਗਰੰਟੀ ਆ। ਅਤੇ ਹੁਣ ਇਹਨਾਂ ਦੀ ਡਿਲੀਵਰੀ ਦੇਣੀ ਆ, ਆਪਾਂ ਤੁਹਾਨੂੰ ਡਿਲੀਵਰੀ ਦਿਖਾਉਂਦੇ ਹਾਂ, ਹੋਰ ਚੀਜ਼ ਦਿਖਾਉਂਦੇ ਹਾਂ। ਇਹ ਭਰਾਵਾਂ ਨੇ ਉਰੇ ਜਿਹੜੇ ਅੱਜ ਟਰੈਕਟਰ ਵੇਚੇ ਨੇ ਆਪਾਂ ਨੇ 7 ਕਿਸਾਨਾਂ ਨੂੰ, ਅਤੇ ਉਹਨਾਂ ਲਈ ਵਧੀਆ ਚਾਹ ਪਾਣੀ ਦਾ ਪ੍ਰੋਗਰਾਮ ਸਾਰਾ ਪ੍ਰਬੰਧ ਕਰਿਆ ਹੋਇਆ ਸੀ, ਠੀਕ ਆ ਜੀ। ਵੀ ਜੇ ਕਿਸਾਨ ਆਇਆ ਚਾਹ ਪਾਣੀ ਪੀਓ ਭਾਈ ਬੈਠੋ, ਫਿਰ ਤੁਹਾਨੂੰ ਟਰੈਕਟਰ ਦੀ ਡਿਲੀਵਰੀ ਦਿੰਦੇ ਹਾਂ, ਠੀਕ ਆ। ਸਾਰਿਆਂ ਚਾਹ ਪਾਣੀ ਪੀਤਾ ਹੈ ਅਤੇ ਹੁਣ ਆਪਾਂ ਟਰੈਕਟਰਾਂ ਦੀ ਦੇਣੀ ਆ ਡਿਲੀਵਰੀ। ਇੱਧਰ ਤਿਆਰ ਹੋ ਰਿਹਾ, ਬਸ ਇਹਨੂੰ ਛਤਰੀ ਲੱਗਣ ਤੋਂ ਰਹਿੰਦੀ ਸੀ, ਇਹਨੂੰ ਛਤਰੀ ਫਿੱਟ ਹੋ ਗਈ ਜੀ, ਬਾਕੀ ਸਾਰੇ ਰੇਡੀ ਨੇ। ਲਓ ਜੀ, ਇਹ ਭਰਾਵਾਂ ਨੇ ਲੈਣੇ ਟਰੈਕਟਰ ਅਤੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਅਤੇ ਉਹਨਾਂ ਨੂੰ ਟਰੈਕਟਰ 'ਚ ਕੀ ਪਤਾ ਖੂਬੀਆਂ, ਵੀ ਉਹਨਾਂ ਚਲਾਇਆ ਪਹਿਲਾਂ ਕਿੱਦਾਂ ਹੈ। ਅਤੇ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਆਪਣਾ ਨਾਮ ਜੀ? ਮੈਂ ਭਾਈ ਕਰਨਜੀਤ ਸਿੰਘ। ਪਿੰਡ ਆਪਣਾ ਜੀ? ਪਿੰਡ ਗੋਂਸਲਾ ਜੀ। ਏਰੀਆ ਆਪਣਾ ਜੀ? ਜਲੰਧਰੀ। ਠੀਕ ਹੈ ਵੀਰੇ ਜੀ, ਤੁਸੀਂ ਅੱਜ ਡੀਜੀ ਟਰੈਕ PP46i ਟਰੈਕਟਰ ਲਿਆ? ਹਾਂਜੀ ਹਾਂਜੀ। ਅਤੇ ਤੁਸੀਂ ਇਹ ਪਹਿਲਾਂ ਵੀ ਵਰਤ ਰਹੇ ਹੋ ਟਰੈਕਟਰ ਨੂੰ? ਪਹਿਲਾਂ ਭਾਅ ਜੀ ਵਰਤਿਆ ਸੀ ਆਪਾਂ। ਕਿਹੜਾ ਮਾਡਲ ਆਪਣੇ ਕੋਲ? PP51i। ਕਿੱਦਾਂ ਰਿਹਾ ਟਰੈਕਟਰ ਜੀ? ਟਰੈਕਟਰ ਭਾਅ ਜੀ ਬਹੁਤ ਵਧੀਆ ਰਿਹਾ ਜੀ। ਮਤਲਬ ਇੰਪਲੀਮੈਂਟ ਤੁਸੀਂ ਚਲਾਏ ਰਹੇ, ਕਿਸੇ ਨੂੰ ਕੋਈ ਕਮੀ ਪੇਸ਼ੀ ਨਹੀਂ? ਕਮੀ ਪੇਸ਼ੀ ਕੋਈ ਨਹੀਂ ਹੈ ਜੀ, ਸਾਰੇ ਪਾਸੇ ਨੂੰ ਓਕੇ ਆ ਜੀ, ਪੂਰੇ ਖੁਸ਼ ਹੋ ਜੀ? ਹਾਂਜੀ ਖੁਸ਼ ਹਾਂ ਜੀ। ਤਾਂ ਅੱਜ ਤੁਸੀਂ ਇਹ ਲੈ ਕੇ ਚੱਲੇ ਹੋ? ਹਾਂ, ਦੁਬਾਰਾ ਹੀ ਲੈਣਾ ਹੈ ਜੀ। ਮਤਲਬ ਸੁਪਰ ਸੀਟਰ ਵਗੈਰਾ ਸਾਰਾ ਕੁਝ ਚਲਾ ਚਲਾ ਚਲਾਇਆ ਜੀ, ਤੁਹਾਡੀ ਵਾਲੀ ਮਸ਼ੀਨ 'ਤੇ ਚਲਾਇਆ ਸੀ? ਠੀਕ ਹੈ ਜੀ। ਵਧੀਆ ਪਰਫੋਰਮੈਂਸ ਰਹੀ? ਡੀਜ਼ਲ ਖਪਤ ਖੁਪਤ ਵਗੈਰਾ ਠੀਕ ਹੈ ਜੀ? ਠੀਕ ਹੈ ਜੀ, ਐਵਰੇਜ ਪੱਖੋਂ ਠੀਕ ਹੈ ਜੀ। ਹਾਂਜੀ, ਕੋਈ ਮਤਲਬ ਤੁਹਾਨੂੰ ਮਤਲਬ ਇਹ 'ਚ ਕੋਈ ਘਾਟ ਲੱਗੀ ਹੋਵੇ ਟਰੈਕਟਰ ਚਲਾ ਕੇ? ਕੁਛ ਨਹੀਂ ਜੀ, ਉਦਾਂ ਸੈੱਟ ਹੈ ਜੀ ਸਭ ਪਾਸੋਂ। ਮਤਲਬ ਕੋਈ ਇਹ ਨਹੀਂ ਵੀ ਹਾਂ ਵੀ ਕਮੀ ਨਹੀਂ ਤੁਸੀਂ ਚਲਾਇਆ? ਚਲੋ ਤੁਸੀਂ ਡੇਲੀ ਚਲਾ ਰਹੇ ਹੋ, ਤੁਹਾਨੂੰ ਵੱਧ ਪਤਾ, ਸਾਸੀ ਦਾ ਇੱਕ ਦੇਖ ਕੇ ਰਿਵਿਊ ਵੀ ਦੇਣਾ, ਤੁਸੀਂ ਚਲਾ ਕੇ ਸਭ ਕੁਝ ਕਰਨਾ, ਉਹ ਚੀਜ਼ ਦਾ ਫਰਕ ਹੋ ਜਾਂਦਾ ਵੀ ਪੂਰੀ ਤਸੱਲੀ ਆ ਤੁਹਾਡੀ, ਤੁਹਾਡੇ ਕਿਸੇ ਤਰ੍ਹਾਂ ਲੈ ਲਵੇ ਟਰੈਕਟਰ ਬਾ ਠੀਕ ਹੈ। ਹੁਣ ਭਰਾ ਨੇ ਕਹਿੰਦੇ ਨੌਂ ਦਾ ਟਰੈਕਟਰ ਲੈ ਰਹੇ ਹੋ ਅਤੇ ਏਰੀਆ ਤੁਹਾਨੂੰ ਦੱਸਤਾ, ਜੇ ਕੋਈ ਕਮੀ ਪੇਸ਼ੀ ਆਈ ਤਾਂ ਇਹਦੇ ਪਿੰਡ ਆ ਜਿਓ, ਠੀਕ ਆ। ਕੋਈ ਨਾ, ਲਓ ਜੀ ਆਹ ਭਰਾ ਦਾ ਟਰੈਕਟਰ,
ਜਿਹੜਾ ਫਸਟ ਨੰਬਰ 'ਤੇ ਖੜ੍ਹਾ ਸੀ ਉਹ ਕਿੱਥੇ ਗਾ ਚੋਪਰ ਇਹਦਾ ਸੀ? ਹਾਂਜੀ ਭਾਅ ਜੀ, ਉਹ ਫਸਟ ਨੰਬਰ ਆ ਤੁਹਾਡਾ ਜੀ? ਆਪਣਾ ਓਕੇ ਜੀ। ਥਰਡ ਨੰਬਰ ਵਾਲਾ ਇਹ ਭਰਾ ਦਾ ਆ ਗਿਆ, ਥਰੀ ਨੰਬਰ ਇਹ ਆ ਗਿਆ, ਲਓ ਜੀ ਇਹ ਚੌਥੇ ਟਰੈਕਟਰ ਦੀ ਡਿਲੀਵਰੀ ਆ। ਇਹ ਭਰਾ ਉਹਨਾਂ ਦਾ ਚੌਥਾ ਟਰੈਕਟਰ ਆ, ਇਹ ਆ ਗਿਆ ਜੀ ਪੰਜਵਾਂ ਟਰੈਕਟਰ। ਲਓ ਜੀ ਇਹ ਭਰਾ ਉਹਨਾਂ ਦਾ ਛੇਵਾਂ ਟਰੈਕਟਰ ਆ ਜੀ। ਇਹ ਸਾਰੇ ਇੱਕੋ ਪਿੰਡ ਦੇ ਟਰੈਕਟਰ ਨੇ, ਇਕੱਠੇ ਇਹਨਾਂ ਦਾ ਪਰਿਵਾਰ ਆ, ਇਕੱਠੇ ਹੀ ਟਰੈਕਟਰ ਲੈਣ ਆਏ ਨੇ, ਛੇ ਦੇ ਛੇ ਟਰੈਕਟਰ। ਇਹ ਆ ਗਿਆ ਆਪਣਾ ਸੱਤਵਾਂ ਟਰੈਕਟਰ ਜੀ, ਇਹਦੇ 'ਤੇ ਲੋਡਰ ਫਿੱਟ ਕਰਿਆ ਆਪਾਂ ਜੀ, ਇਹ ਭਰਾ ਉਹਨਾਂ ਦਾ ਲਿਆ, ਇਹਦੇ ਲੋਡਰ ਲਾਇਆ, ਬਾਕੀ ਸਿੰਪਲ ਟਰੈਕਟਰ ਸੀ ਸਾਰੇ। ਲਓ ਜੀ ਸਾਰੇ ਭਰਾ ਮੱਥਾ ਟੇਕਣ ਲੱਗੇ ਹੋਏ ਨੇ ਆਪਦੇ ਆਪਦੇ ਟਰੈਕਟਰਾਂ ਦੇ, ਜੋ ਕਿ ਸਭ ਤੋਂ ਵੱਧ ਜ਼ਰੂਰੀ ਆ। ਬਾਬਾ ਵਿਸ਼ਵਕਰਮਾ ਜੀ ਤਰੱਕੀਆਂ ਬਖਸ਼, ਇਹਨਾਂ ਨੂੰ ਭਾਗਾਂ ਵਾਲਾ ਹੋਣ ਟਰੈਕਟਰ ਸਾਰਿਆਂ ਨੂੰ, ਠੀਕ ਆ ਜੀ। ਅਗਾਂਹ ਹੋਰ ਵੀ ਟਰੈਕਟਰ ਆ ਕੇ ਲੈਣ, ਕਰਮ ਵਾਲੇ ਟਰੈਕਟਰ ਹੋਣ, ਸਾਰਿਆਂ ਲਈ ਵਧੀਆ ਟਰੈਕਟਰ ਨਿਕਲਦਾ। ਲਓ ਜੀ ਡਿਲੀਵਰੀ ਦਾ ਟਾਈਮ ਆ ਗਿਆ, ਸਾਰੇ ਟਰੈਕਟਰ ਹੋ ਗਏ ਓਕੇ, ਭਰਾ ਹੁਣ ਲੈ ਕੇ ਚੱਲੇ ਨੇ ਆਪਦੇ ਆਪਦੇ ਘਰਾਂ ਨੂੰ ਜੀ। ਸਭ ਨੇ ਮਾਰਤੀਆਂ ਸੈਲਫਾਂ, ਇੱਧਰ ਖੜ੍ਹੇ ਨੇ ਨੋਰਮਲ ਛੱਤਰੀ, ਗੱਬੇ ਆ ਗਿਆ ਲੋਡਰ ਵਾਲਾ ਜੀ, ਇੱਧਰ ਆ ਗਿਆ ਫਾਈਬਰ ਹੁੱਡਾਂ ਵਾਲਾ। ਜੋ ਇਹ ਫਾਈਬਰ ਹੁੱਡਾਂ ਨੇ ਇਹ ਭਰਾਵਾਂ ਨੇ ਆਪਦੇ ਬੇਸ 'ਤੇ ਲਵਾਈਆਂ ਨੇ, ਇਹਦੇ ਜੋ ਮਤਲਬ ਕੋਸਟ ਆ ਉਹ ਅਲੱਗ ਹੁੰਦੀ ਆ, ਕੰਪਨੀ ਸਿਰਫ ਇਹ ਸਿੰਪਲ ਛੱਤਰੀਆਂ ਦਿੰਦੀ ਆ, ਇਹ ਇਹਨਾਂ ਨੇ ਭਰਾਵਾਂ ਨੇ ਆਪ ਲਵਾਈਆਂ ਨੇ। ਇਹ ਕਈ ਵਾਰ ਇਹਨੂੰ ਵਹਿਮ ਹੋ ਜਾਵੇ, ਪਤਾ ਨਹੀਂ ਕੰਪਨੀ ਨੂੰ ਦਿੱਤੀਆਂ ਨੇ, ਕੰਪਨੀ ਨਹੀਂ ਵੀਰੇ ਦਿੰਦੀ ਹੈ। ਚਲੋ ਚਲੋ ਲਓ ਜੀ ਟਰੈਕਟਰ ਚੱਲੇ, ਭਰਾ ਲੈ ਚੱਲੇ ਆਪਦੇ ਘਰਾਂ ਨੂੰ। ਲਓ ਜੀ ਪਹਿਲਾ ਨੰਬਰ, ਦੂਜਾ ਨੰਬਰ ਸਾਰੇ ਜਾਈ ਜਾਣੇ ਨੇ। ਟਰੈਕਟਰ ਬਾਕੇ ਛੇ ਦੇ ਛੇ, ਉਹ ਲੋਡਰ ਵਾਲਾ ਹੁਣ ਉਹ ਜਾਓ ਲੈ ਕੇ ਜਾਣਗੇ ਭਰਾ। ਅਤੇ ਇਹ ਭਰਾਵਾਂ ਉਹਨਾਂ ਐਡਰੈਸ ਨੇ ਜੀ ਵਰਿੰਦਰ ਸਿੰਘ ਗਿਆਨ ਐਂਡ ਐਂਟਰਪ੍ਰਾਈਜ਼, ਠੀਕ ਆ ਜੀ। ਅਤੇ ਇਹ ਫਲੌਰ, ਠੀਕ ਹੈ, ਪਿੰਡ ਗੰਨਾ ਜੀ। ਅਤੇ ਇਹਨਾਂ ਦੇ ਫੋਨ ਨੰਬਰ ਨੇ 9964557647, ਠੀਕ ਆ ਜੀ। ਈਮੇਲ ਐਡਰੈਸ ਵਗੈਰਾ ਤੁਹਾਨੂੰ ਸਾਰਾ ਕੁਛ ਇਹ 'ਤੇ ਆਪਣਾ ਸ਼ੋਅ ਹੋ ਰਿਹਾ।
ਲਓ ਜੀ ਸਾਰਾ ਐਡਰੈਸ ਤੁਹਾਡੇ ਕਾਰਡ ਦੇ ਉੱਪਰ ਆ ਰਿਹਾ, ਤੁਸੀਂ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ। ਫੋਨ ਨੰਬਰ 94-56-57-647 ਠੀਕ ਆ ਜੀ। ਫਲੋਰ ਏਰੀਆ ਇਹਨਾਂ ਦਾ ਅਤੇ ਗੰਨਾ ਪਿੰਡ ਆ ਜਲੰਧਰ। ਬਾਕੀ ਕੋਈ ਵੀ ਤੁਸੀਂ ਡਿਟੇਲ ਲੈਣੀ ਹੈ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਅਤੇ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ, ਠੀਕ ਆ ਜੀ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਤੁਹਾਨੂੰ 7 ਟਰੈਕਟਰ ਇਕੱਠੇ ਦਿਖਾਏ ਨੇ, ਪਾਵਰ ਟਰੈਕ, ਡੀਜੀ ਟਰੈਕ, ਠੀਕ ਆ ਜੀ, ਗਿਆਨ ਸਿੰਘ ਐਂਟਰਪ੍ਰਾਈਜ਼। ਅਤੇ ਇਹ ਜਿਵੇਂ ਲੋਡਰ ਲਾਉਂਦੇ ਨੇ, ਠੀਕ ਆ ਜੀ, ਇੱਕ ਇਹ ਜੈਕਾਂ ਨੇ ਟਰਾਲੀਆਂ ਬਣਾਉਂਦੇ ਨੇ, ਉਹ ਆਪਾਂ ਅਲੱਗ ਵੀਡੀਓ ਪਾਵਾਂਗੇ। ਧੰਨਵਾਦ ਮਿੱਤਰੋ ਤੁਹਾਡਾ ਪੂਰੀ ਵੀਡੀਓ ਦੇਖਣ ਲਈ। ਅਤੇ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਜਿਹੜੇ ਭਰਾ ਨਵੇਂ ਨੇ ਪਲੀਜ਼ ਚੈਨਲ ਕਰ ਲਿਓ ਸਬਸਕ੍ਰਾਈਬ, ਅਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ। ਜਿਹੜੇ ਭਰਾਵਾਂ ਕੋਲ ਡੀਜੀ ਟਰੈਕ ਆ ਉਹ ਵੀ ਦੱਸਿਓ। ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ ਜੀ।